ਮੈਨੂੰ ਲੱਗਦਾ ਕਿ ਆਪਸ ਦੀ ਜਿਹੜੀ ਧੜੇਬਾਜ਼ੀ ਸੀ ਉਹਦਾ ਵੀ ਸਾਨੂੰ ਨੁਕਸਾਨ ਹੋਇਆ। 2-3 ਮਹੀਨੇ ਉਹਨਾਂ ਨੂੰ ਦਿੱਤੇ ਜਾਣ ਅਤੇ ਫਿਰ ਉਹਨਾਂ ਤੋਂ ਸਵਾਲ ਪੁੱਛੇ ਜਾਣ। ਕੇਜਰੀਵਾਲ ਸਾਹਿਬ ਕਨਵੀਨੀਅਰ ਆ, ਮੁੱਖ ਮੰਤਰੀ ਸਾਹਿਬ ਨੂੰ ਸੱਦ ਸਕਦੇ ਆ, ਇੰਸਟਰਕਸ਼ਨ ਦੇ ਸਕਦੇ ਆ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ ਉਹਨਾਂ ਤਾਂ ਗਰੰਟੀ ਹੈ। ਉਹ ਕਹਿੰਦੇ ਕਿ 300 ਯੂਨਿਟ ਦਿਆਂਗੇ, ਜਦਕਿ 200 ਅਸੀਂ ਦੇ ਰਹੇ ਹਾਂ, ਲੇਕਿਨ ਜਦੋਂ 300 ਤੋਂ ਪਾਰ ਹੋ ਜਾਏਗੀ ਇੱਕ ਯੂਨਿਟ ਵੀ, ਤਾਂ ਅਸੀਂ 300 ਦੇ 300 ਦੇ ਪੈਸੇ ਲਾਵਾਂਗੇ। ਜਦਕਿ ਕਾਂਗਰਸ ਪਾਰਟੀ ਦੇ ਰਾਜ ਵਿੱਚ 200 ਯੂਨਿਟ ਦੇ ਪੈਸੇ, ਭਾਵੇਂ ਉਹ 400 ਬਿਜਲੀ ਫੂਕ ਲੈਂਦਾ, ਉਹਨੂੰ 200 ਯੂਨਿਟ ਦੇ ਮਾਫ਼ ਹੁੰਦੇ। ਚੰਗਾ ਹੁੰਦਾ ਕਿਸੇ ਰਾਜ ਸਭਾ ਦਾ ਮੈਂਬਰ ਭਗਤ ਸਿੰਘ ਦੇ ਕਿਸੇ ਵਾਰਸ ਨੂੰ ਬਣਾਇਆ ਜਾਂਦਾ। ਵੱਡੇ ਲੋਕਾਂ ਨੂੰ ਲਵਲੀ ਯੂਨੀਵਰਸਿਟੀ ਵਾਲੇ ਚੰਗੇ ਲੋਕ ਹੈ, ਲੇਕਿਨ ਵਪਾਰੀ ਲੋਕ ਜਿਵੇਂ ਲੁਧਿਆਣੇ ਵਾਲਿਆਂ ਨੂੰ ਵਪਾਰੀ ਲੋਕ ਨੇ, ਕੋਈ ਐਸਾ ਚੰਗਾ ਸੁਨੇਹਾ ਨਹੀਂ ਦੋ ਬਾਹਰ ਦੇ ਬਣਾ ਦਿੱਤੇ ਗਏ। ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਛੁੱਟੀ ਨਾ ਕਰੋ, ਅੱਜ ਦੇ ਦਿਨ 2 ਘੰਟੇ ਮੁਲਾਜ਼ਮ ਵੱਧ ਕੰਮ ਕਰਨਾ। ਛੁੱਟੀਆਂ ਕਰਨ ਨਾਲ ਤਾਂ ਕੰਮ ਚੱਲਣਾ ਨਹੀਂ ਨਾ, ਫਿਰ ਤਾਂ ਛੁੱਟੀਆਂ ਦਾ ਦੇਸ਼ ਹੋ ਜਾਏਗਾ ਛੁੱਟੀਆਂ ਦਾ। ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਇੰਸਟਰਕਸ਼ਨ ਉੱਥੇ ਲੈ ਕੇ ਆਉਣ, ਨਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿੱਧੇ ਅਧਿਕਾਰੀਆਂ ਨੂੰ ਬੁਲਾ ਕੇ ਜਿਹੜਾ ਸਾਡਾ ਸੰਵਿਧਾਨ ਹੈ ਜਾਂ ਸਾਡੇ ਸਿਸਟਮ ਦੀ ਉਲੰਘਣਾ ਨਾ ਕਰਨ। ਲੋਕ ਮਹਿਸੂਸ ਕਰਨਗੇ ਕਿਉਂਕਿ ਪੰਜਾਬੀ ਈ ਨਹੀਂ ਮੰਨਦਾ। ਪੰਜਾਬ ਦੇ ਨਵੇਂ ਬਣੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ ਨੇ, ਜਿੱਥੇ ਉਹਨਾਂ ਨੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਤੇ ਉੱਥੇ ਹੀ ਕਾਂਗਰਸ ਦੇ ਕੁਝ ਆਗੂਆਂ ਨਾਲ ਗੱਲਬਾਤ ਕੀਤੀ ਹੈ, ਜਿਹਦੇ ਵਿੱਚ ਸੰਸਦ ਮੈਂਬਰ ਗੁਰਜੀਤ ਔਜਲਾ, ਓਪੀ ਸੋਨੀ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਹੈ। ਇਸ ਦੇ ਨਾਲ ਅਮਰਿੰਦਰ ਸਿੰਘ ਰਾਜਾ ਬਰਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਰਾਜਾ ਬਰਿੰਗ ਵੱਲੋਂ 300 ਯੂਨਿਟਾਂ ਮਾਫ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ ਗਏ ਨੇ। ਹਾਂਜੀ, ਮੈਂ ਅੱਜ ਗੁਰੂ ਰਾਮਦਾਸ ਜੀ ਦੀ ਅੱਜ ਨਗਰੀ ਦੇ ਵਿੱਚ ਆਇਆ ਸੀ। ਬੰਦ ਤੋਂ ਬਾਅਦ ਸੁਬਾਹ ਨਤਮਸਤਕ ਹੋਏ ਅਸੀਂ ਹਰਿਮੰਦਰ ਸਾਹਿਬ ਜਾ ਕੇ, ਅਤੇ ਹੁਣ ਮੈਂ ਸਾਡੇ ਲੀਡਰ ਸਾਹਿਬਾਨ ਓਮ ਪ੍ਰਕਾਸ਼ ਜੀ ਸੋਨੀ ਸਾਹਿਬ, ਜਿਨ੍ਹਾਂ ਦਾ ਬਹੁਤ ਤਜ਼ਰਬਾ ਹੈ ਜ਼ਿੰਦਗੀ ਦਾ ਔਰ ਸਿਆਸਤ ਦੇ ਵਿੱਚ, ਸਾਡੀ ਉਨੀ ਉਮਰ ਨਹੀਂ ਹੈ ਜਿੰਨਾ ਤਜ਼ਰਬਾ ਹੈ, ਸੋ ਉਹਨਾਂ ਕੋਲ ਆਸ਼ੀਰਵਾਦ ਲੈਣ ਵਾਸਤੇ, ਉਹਨਾਂ ਦੀਆਂ ਬਲੈਸਿੰਗਸ ਲੈਣ ਵਾਸਤੇ ਇੱਥੇ ਪਹੁੰਚੇ। ਸੋ ਮੈਨੂੰ ਉਮੀਦ ਹੈ ਕਿ ਇਹਨਾਂ ਦੀਆਂ ਬਲੈਸਿੰਗਸ ਦੇ ਨਾਲ ਜਿਹੜਾ ਇਹ ਔਖਾ ਸਮਾਂ ਹੈ, ਇਹਨੂੰ ਅਸੀਂ ਸੌਖਾ ਬਣਾ ਲਾਂਗੇ, ਸੌਖਾ ਕਰ। ਨਹੀਂ ਜੀ, ਮੈਂ ਸਿੱਧੂ ਸਾਹਿਬ ਨੂੰ ਟੈਲੀਫੋਨ ਕੀਤਾ ਸੀਗਾ, ਪਰ ਉਹ ਪਤਾ ਲੱਗਿਆ, ਉਹਨਾਂ ਨੇ ਦੱਸਿਆ ਕਿ ਉਹ ਅੱਜ ਸਮਰਾਲੇ ਜਾ ਰਹੇ ਨੇ, ਉੱਥੇ ਸਰਦਾਰ ਅਮਰੀਕ ਸਿੰਘ ਜੀ ਦੇ, ਇਸ ਕਰਕੇ ਮੇਰਾ ਜਾਣਾ ਨਹੀਂ ਹੋਇਆ। ਸੋ ਮੈਂ ਡਿਊਟੀ ਲਾਈ ਹੈ, ਜੇ ਮੈਡਮ ਦੀ ਉਹਨਾਂ ਦੀ ਤਬੀਅਤ ਠੀਕ ਹੋਈ, ਉਹ ਮਿਲਣਯੋਗ ਹੋਏ, ਉਹਨਾਂ ਕੋਲ ਜ਼ਰੂਰ ਹਾਜ਼ਰੀ ਲਾ ਕੇ ਆਵਾਂ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਹੈ ਹੁਣ ਇੱਕਜੁੱਟ ਦਿਖਾਈ ਦੇਵੇਗੀ। ਇਸ ਦਾ ਕਾਰਨ ਮੈਂ ਤਾਂ ਪੁੱਛ ਰਿਹਾ ਕਿਉਂਕਿ 2022 ਦੇ ਵਿੱਚ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪਿਆ। ਹਾਂਜੀ, ਮੈਨੂੰ ਲੱਗਦਾ ਜੀ ਕਿ ਨੁਕਸਾਨ ਹੋਇਆ, ਸਾਨੂੰ ਕਾਫੀ ਚੀਜ਼ਾਂ ਦਾ ਨੁਕਸਾਨ ਹੋਇਆ, ਜਿਹਦੇ ਵਿੱਚੋਂ ਇੱਕ ਮੈਨੂੰ ਲੱਗਦਾ ਕਿ ਆਪਸ ਦੀ ਜਿਹੜੀ ਧੜੇਬਾਜ਼ੀ ਸੀ ਉਹਦਾ ਵੀ ਸਾਨੂੰ ਨੁਕਸਾਨ ਹੋਇਆ। ਕੋਸ਼ਿਸ਼ ਕਰਾਂਗਾ, ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਹਰ ਤਰੀਕੇ ਦੇ ਨਾਲ ਪ੍ਰਧਾਨਗੀ ਇੱਕ ਪਾਸੇ ਛੱਡ ਕੇ ਆਪਦੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਖੂਨ ਪਸੀਨਾ ਆਪਦਾ ਇੱਕ ਕੀਤਾ, ਕਈ ਸਾਲ ਦਿੱਤੇ ਹੈ, ਆਪਦੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂ। ਜੇ ਕਿਸੇ ਦੇ ਗੁੱਸੇ ਗਿਲੇ ਵੀ ਨੇ ਤਾਂ ਉਹ ਮੇਰਾ ਫਰਜ਼ ਬਣਦਾ ਹੈ, ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਕਿ ਮੈਂ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਗਿਲੇ ਸ਼ਿਕਵੇ ਸੁਣਾ ਅਤੇ ਉਹਨਾਂ ਦੀ ਤਸੱਲੀ ਜਿਹੜੀ ਹੈ ਉਹ ਕਰਾ ਕੇ ਅਸੀਂ ਪਾਰਟੀ ਨੂੰ ਇੱਕਜੁੱਟ ਹੋ ਕੇ ਮਜ਼ਬੂਤ ਕਰੀਏ। ਸੋ ਮੈਨੂੰ ਲੱਗਦਾ ਕਿ ਅਗਰ ਅਸੀਂ ਆਪਦਾ ਘਰ ਠੀਕ ਕਰ ਲਿਆ ਤਾਂ ਸਾਨੂੰ ਕੋਈ ਦੁਨੀਆ ਦੀ ਤਾਕਤ ਮੁੜ ਦੁਬਾਰਾ ਸੱਤਾ ਸਰਕਾਰ 'ਚ ਵਾਪਸ ਆਉਣ ਤੋਂ ਰੋਕ ਨਹੀਂ ਸਕਦੀ। ਮੈਂ ਉਹਨਾਂ 'ਤੇ ਕੋਈ ਸਵਾਲ ਨਹੀਂ ਚੱਕਣੇ ਚਾਹੁੰਦਾ, ਕਿਉਂਕਿ ਮੈਂ ਚਾਹੁੰਦਾ ਕਿ ਸਰਕਾਰ ਨੂੰ ਸਮਾਂ ਦਿੱਤਾ ਜਾਵੇ, 2-3 ਮਹੀਨੇ ਉਹਨਾਂ ਨੂੰ ਦਿੱਤੇ ਜਾਣ ਅਤੇ ਫਿਰ ਉਹਨਾਂ ਤੋਂ ਸਵਾਲ ਪੁੱਛੇ ਜਾਣ। ਲੇਕਿਨ 2-4 ਗੰਭੀਰ ਮੁੱਦੇ ਹੋਏ ਪਿਛਲੇ ਦਿਨਾਂ ਦੇ ਵਿੱਚ। ਇੱਕ ਤਾਂ ਗਵਰਨਰ ਸਾਹਿਬ ਦਾ ਇੱਥੇ ਸਰਹੱਦੀ ਇਲਾਕਿਆਂ ਦੇ ਵਿੱਚ ਦੌਰਾ ਕਰਨਾ, ਗਵਰਨਰ ਸਾਹਿਬ ਨੇ ਮੀਟਿੰਗ ਸੱਦ ਕੇ ਜਿਹੜਾ ਇੱਕ ਮੈਂ ਸਮਝਿਆ ਕਿ ਸੰਵਿਧਾਨ ਦੀ ਉਲੰਘਣਾ ਕੀਤੀ,
ਤੇ ਉਹਨੂੰ ਮੁੱਖ ਦਰਸ਼ਕ ਬਣ ਕੇ ਸਾਡੇ ਮੁੱਖ ਮੰਤਰੀ ਦੇਖਦੇ ਰਹੇ। ਗਵਰਨਰ ਸਾਹਿਬ ਮੁੱਖ ਮੰਤਰੀ ਨੂੰ ਸੱਦ ਸਕਦੇ ਆ ਲੇਕਿਨ ਪੁਲਿਸ ਨੂੰ ਸੱਦ ਕੇ ਮੀਟਿੰਗ ਨਹੀਂ ਲੈ ਸਕਦੇ। ਇੱਥੇ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ। ਅਗਰ ਮੈਂ ਉਹਨਾਂ ਦੀ ਥਾਂ 'ਤੇ ਹੁੰਦਾ ਤਾਂ ਮੈਂ ਗਵਰਨਰ ਸਾਹਿਬ ਦੀ ਮੀਟਿੰਗ 'ਚ ਨਹੀਂ ਜਾਂਦਾ ਸੀ। ਕੁਝ ਸੇਧ ਲੈਣੀ ਚਾਹੀਦੀ ਹੈ ਮਮਤਾ ਬੈਨਰਜੀ ਤੋਂ। ਦੂਸਰਾ, ਅਗਰ ਅਸੀਂ ਸੈਂਟਰਲ ਸਰਕਾਰ 'ਤੇ ਇਹ ਗੱਲ ਦਾ ਇਲਜ਼ਾਮ ਲਾਉਂਦੇ ਹਾਂ ਕਿ ਉਹ ਦਖਲ ਅੰਦਾਜ਼ੀ ਕਰਦੇ ਹੈ, ਨਾਲ ਹੀ ਨਾਲ ਇੱਕ ਹੋਰ ਵੱਡੀ ਘਟਨਾ ਹੋਈ ਜਿਹੜੀ ਕੇਜਰੀਵਾਲ ਸਾਹਿਬ ਨੇ ਆਪਦੇ ਕੋਲ ਉੱਥੇ ਸੱਦ ਕੇ ਬਿਊਰੋਕਰੇਸੀ ਦੀ ਮੀਟਿੰਗ ਕੀਤੀ ਵਿਦਆਊਟ ਮੁੱਖ ਮੰਤਰੀ। ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਫਿਰ ਜਾਣਗੇ। ਕੇਜਰੀਵਾਲ ਸਾਹਿਬ ਕਨਵੀਨੀਅਰ ਹੈ, ਮੁੱਖ ਮੰਤਰੀ ਸਾਹਿਬ ਨੂੰ ਸੱਦ ਸਕਦੇ ਹੈ, ਇੰਸਟਰਕਸ਼ਨ ਦੇ ਸਕਦੇ ਹੈ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ। ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਇੰਸਟਰਕਸ਼ਨ ਉੱਥੇ ਲੈ ਕੇ ਆਉਣ, ਨਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿੱਧੇ ਅਧਿਕਾਰੀਆਂ ਨੂੰ ਬੁਲਾ ਕੇ ਜਿਹੜਾ ਸਾਡਾ ਸੰਵਿਧਾਨ ਹੈ ਜਾਂ ਸਾਡੇ ਸਿਸਟਮ ਦੀ ਉਲੰਘਣਾ ਨਾ ਕਰਨ। ਲੋਕ ਮਹਿਸੂਸ ਕਰਨਗੇ ਕਿਉਂਕਿ ਪੰਜਾਬੀ ਈ ਨਹੀਂ ਮੰਨਦਾ। ਬੇਸ਼ੱਕ ਕੁਛ ਵੀ ਦੇ ਦਿਓ ਤੁਸੀਂ, ਬੜੇ ਅਸੀਂ ਵੱਡੇ ਐਲਾਨ ਕੀਤੇ, ਬੜੀਆਂ ਸਹੂਲਤਾਂ ਦਿੱਤੀਆਂ, ਲੇਕਿਨ ਪੰਜਾਬੀ ਕਦੇ ਈ ਨਹੀਂ ਮੰਨਦੇ। ਅਤੇ ਸੋ ਪੰਜਾਬੀਆਂ ਨੂੰ ਜੇ ਤੁਸੀਂ ਥੱਲੇ ਲਾਉਣ ਦੀ ਗੱਲ ਕਰੋਗੇ ਪੰਜਾਬ ਦੇ ਲੋਕਾਂ ਨੂੰ, ਉਹ ਗੱਲ ਚੱਲਣੀ ਨਹੀਂ ਹੈ, ਚੰਗੀ ਨਹੀਂ ਹੈ। ਔਰ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਇਸ ਤਰ੍ਹਾਂ ਦੀ ਅੱਗੇ ਤੋਂ ਇਹ ਨਵੀਂ ਪਿਰਤ ਨਾ ਪਾਉਣ। ਜਿੱਥੋਂ ਤੱਕ ਤੁਸੀਂ ਕਿਹਾ ਯੂਨਿਟ ਬਿਜਲੀ ਦਾ, ਇਹ ਤਾਂ ਜਦੋਂ ਅਸੀਂ ਬੜੇ ਐਲਾਨ ਕੀਤੇ, ਅਸੀਂ 200 ਯੂਨਿਟ ਦਿੱਤੀ, ਅਸੀਂ ਪੁਰਾਣੇ ਏਰੀਏ ਮਾਫ ਕੀਤੇ ਲੋਕਾਂ ਨੇ, ਅਸੀਂ ਰਾਸ਼ਨ ਲੋਕਾਂ ਨੂੰ ਦਿੱਤਾ, ਹੋਰ ਬੜੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦਿੱਤੀਆਂ, ਲੇਕਿਨ ਲੋਕਾਂ ਨੇ ਸਾਨੂੰ ਨਕਾਰ ਲਿਆ। ਇਕੱਲੀਆਂ ਸਹੂਲਤਾਂ ਨਾਲ ਨਹੀਂ, ਇਹ ਤਾਂ ਜਦੋਂ ਸਹੂਲਤ ਮਿਲੇਗੀ, ਹੁਣ ਉਹਨਾਂ ਦੀ ਜਿਹੜੀ ਸਹੂਲਤ ਹੈ ਗਰੰਟੀ ਹੈ, ਉਹ ਕਹਿੰਦੇ ਕਿ 300 ਯੂਨਿਟ ਦੇਵਾਂਗੇ, ਜਦਕਿ 200 ਅਸੀਂ ਦੇ ਰਹੇ ਹਾਂ। ਲੇਕਿਨ ਜਦੋਂ 300 ਤੋਂ ਪਾਰ ਹੋ ਜਾਏਗੀ ਇੱਕ ਯੂਨਿਟ ਵੀ, ਤਾਂ ਅਸੀਂ 300 ਦੇ 300 ਦੇ ਪੈਸੇ ਲਾਵਾਂਗੇ। ਜਦਕਿ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ 200 ਯੂਨਿਟ ਦੇ ਪੈਸੇ, ਭਾਵੇਂ ਉਹ 400 ਬਿਜਲੀ ਫੂਕ ਲੈਂਦਾ, ਉਹਨੂੰ 200 ਯੂਨਿਟ ਦੇ ਮਾਫ ਹੁੰਦੇ ਸੀ। ਦੂਜਾ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਜੋ ਰੇਟ ਸੋਨੀ ਸਾਹਿਬ ਹਰੀ ਛੱਡ ਕੇ ਗਏ ਨੇ ਬਿਜਲੀ ਦੇ, ਸਰਕਾਰ ਛੱਡ ਕੇ ਗਈ ਹੈ, ਜੋ ਛੋਟਾ ਅਸੀਂ ਦੇ ਕੇ ਗਏ ਨੇ ਜਿਹੜੀ ਕਾਂਗਰਸ ਦੀ ਸਰਕਾਰ ਸੀ, ਕਿਰਪਾ ਕਰਕੇ ਇਹ ਨਾ ਹੋਵੇ ਕਿ ਤੁਸੀਂ 300 ਯੂਨਿਟ ਤਾਂ ਮਾਫ ਕਰ ਦਿਓ, 100 ਯੂਨਿਟ ਐਕਸਟਰਾ, ਅਤੇ ਉਹ ਤਮਾਮ ਜਿਹੜਾ ਬੋਝ ਹੈ ਦੂਜੇ ਕੰਜ਼ਿਊਮਰ 'ਤੇ ਪਾ ਦਿਓ। ਉਹ ਰਵਾਇਤਾਂ ਜਿਹੜੀਆਂ ਉਹ ਅਸੀਂ ਰਾਇਤ ਦੇ ਕੇ ਗਏ ਹਾਂ, ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ। ਤੁਹਾਨੂੰ ਪੁੱਛਣਾ ਚਾਹੀਦਾ ਸੀ ਗਵਰਨਰ ਸਾਹਿਬ ਨੂੰ ਕਿ 8 ਸਾਲਾਂ ਦੀ ਤੁਹਾਡੀ ਵੀ ਬਹੁਤ ਦਖਲ ਅੰਦਾਜ਼ੀ ਨੇ, ਤੁਸੀਂ ਵੀ ਬਾਰਡਰ ਸਿਕਿਉਰਿਟੀ ਫੋਰਸਿਸ ਦਾ ਏਰੀਆ ਵਧਾ ਦਿੱਤਾ ਗਿਆ ਹੈ, ਇਹਨਾਂ ਚੀਜ਼ਾਂ 'ਤੇ ਤੁਹਾਡੀ ਵੀ ਪ੍ਰੋਪਰ ਮੁਕੰਮਲ ਜ਼ਿੰਮੇਦਾਰੀ ਬਣਦੀ ਹੈ, ਜਿੱਥੇ ਜਿੱਥੇ ਸਰਕਾਰ ਦੀ ਜ਼ਿੰਮੇਦਾਰੀ ਬਣਦੀ ਹੈ। ਹਾਂ, ਅਸੀਂ ਇਹ ਗੱਲ ਮੰਨਦੇ ਹਾਂ ਕਿ ਨਸ਼ਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ, ਇਹਦੇ 'ਤੇ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ, ਅਸੀਂ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਵੱਡੀ ਅੱਗ ਸੀ, ਅਸੀਂ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅਸੀਂ ਬੁਝਾ ਨਹੀਂ ਸਕੇ। ਉਮੀਦ ਕਰਾਂਗਾ ਕਿ ਹੁਣ ਸਰਕਾਰ, ਕਿਉਂਕਿ ਮੈਂਡੇਟ ਬਹੁਤ ਵੱਡਾ ਹੈ ਮਿਲਿਆ, 92 ਸੀਟਾਂ ਲੋਕਾਂ ਨੇ ਜਿਤਾ ਕੇ ਭੇਜਿਆ, ਲੋਕ ਬਦਲਾਵ ਚਾਹੁੰਦੇ ਸਨ, ਸਾਨੂੰ ਉਮੀਦ ਹੈ ਕਿ ਹੁਣ ਇਹਨਾਂ ਸਾਰੀਆਂ ਚੀਜ਼ਾਂ 'ਤੇ ਕੰਮ। ਰਾਜੇ ਜੀ, ਆਖਰੀ ਸਵਾਲ, ਇਨਕਲਾਬ ਦਾ ਝੰਡਾ ਚੁੱਕਣ ਵਾਲੀ ਆਮ ਆਦਮੀ ਪਾਰਟੀ ਪਰਸੋਂ ਅੰਮ੍ਰਿਤਸਰ ਹੋ ਕੇ ਵੀ, ਭਗਵੰਤ ਸਿੰਘ ਮਾਨ ਜਿਹੜੇ ਨੇ ਜਲ੍ਹਿਆਂਵਾਲਾ ਬਾਗ ਨਹੀਂ ਜਾਂਦੇ, ਕੱਲ੍ਹ ਵਿਸਾਖੀ ਹੋ ਕੇ ਅਤੇ ਅੰਮ੍ਰਿਤਸਰ ਵੀ ਹੁੰਦੇ ਨੇ, ਪਰ ਦਰਬਾਰ ਸਾਹਿਬ ਮੱਥਾ ਟੇਕਣਗੇ, ਇਲਜ਼ਾਮ ਲੱਗਦੇ ਨੇ ਦਮਦਮਾ ਸਾਹਿਬ ਦੇ ਵਿੱਚ ਉਹ ਸ਼ਰਾਬ ਦਾ ਸੇਵਨ ਕਰਕੇ ਗਏ ਨੇ, ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ? ਚਲੋ ਸਰ, ਮੈਂ ਕਿਸੇ ਦੀ ਨਿੱਜੀ ਜ਼ਿੰਦਗੀ 'ਤੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਕੋਈ ਇਲਜ਼ਾਮ ਹਾਂ। ਪੰਜਾਬ ਦੇ ਲੋਕ ਸਭ ਜਾਣੂ ਹੈ, ਪੰਜਾਬ ਦੇ ਲੋਕ ਕੋਈ ਇਲਜ਼ਾਮ ਨਹੀਂ ਹੈ। ਦੂਸਰੀ ਗੱਲ, ਕਿਤੇ ਜਾਣਾ ਨਾ ਜਾਣਾ, ਤੁਹਾਡੇ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ। ਮੈਂ ਹਮੇਸ਼ਾ ਕਹਿੰਦਾ, ਅੱਜ ਮੈਂ ਨਤਮਸਤਕ ਹੋ ਕੇ ਆਇਆ, ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਹੋ ਨਹੀਂ ਜਾਂਦੇ ਹੋ ਇਹ ਮਹੱਤਵਪੂਰਨ ਨਹੀਂ ਹੈ। ਗੱਲ ਇਹ ਕਿ ਤੁਹਾਡੇ ਮਨ ਦੇ ਵਿੱਚ ਭਾਵਨਾ ਕੀ ਹੈ, ਤੁਸੀਂ ਕੀ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਉਹਨੂੰ ਮੰਨਦੇ ਹੋ। ਭਗਤ ਸਿੰਘ ਦੀ ਪੱਗ ਨਾਲ ਬੰਨਣ ਨਾਲ ਭਗਤ ਸਿੰਘ ਨਹੀਂ ਬਣ ਜਾਣਾ, ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਣ ਨਾਲ ਭਗਤ ਸਿੰਘ ਨਹੀਂ ਬਣ ਸਕਣਾ, ਜੋ ਭਗਤ ਸਿੰਘ ਦੀ ਉਸ ਜਗ੍ਹਾ 'ਤੇ ਮਿੱਟੀ 'ਤੇ ਸਹੁੰ ਚੁੱਕਣ ਨਾਲ ਭਗਤ ਸਿੰਘ ਨਹੀਂ ਬਣ ਜਾਣਾ। ਭਗਤ ਸਿੰਘ ਵਾਸਤੇ ਇੱਕ ਨਵੀਂ ਸੋਚ ਪੈਦਾ ਕਰਨ ਦੀ ਲੋੜ ਹੈ। ਮੈਂ ਦੇਖਿਆ ਉਹਨਾਂ ਦੇ ਜਿਹੜੇ ਜਰਨਲ ਹੈਗੇ ਨੇ, ਡਾਕਟਰ ਜਰਨਲ ਸ਼ੈਨਨ, ਉਹਨਾਂ ਨੇ ਲਿਖਿਆ ਸੀ ਕਿ ਸਾਨੂੰ ਉੱਥੇ ਸੱਦਿਆ ਗਿਆ, ਲੇਕਿਨ ਸਾਡੀ ਕਿਸੇ ਨੇ ਪੁੱਛ ਨਹੀਂ ਕੀਤੀ। ਚੰਗਾ ਹੁੰਦਾ ਕਿਸੇ ਰਾਜ ਸਭਾ ਦਾ ਮੈਂਬਰ ਭਗਤ ਸਿੰਘ ਦੇ
ਕਿਸੇ ਵਾਰਸ ਨੂੰ ਬਣਾਇਆ ਜਾਂਦਾ ਚੰਗਾ ਹੁੰਦਾ ਨਹੀਂ ਮੈਂ ਕਹਿੰਦਾ ਚੰਗਾ ਹੁੰਦਾ ਕਿਸੇ ਐਸੇ ਇਨਸਾਨ ਨੂੰ ਗਰੀਬ ਨੂੰ ਆਮ ਆਦਮੀ ਪਾਰਟੀ ਸਾਨੂੰ ਤਾਂ ਲੋਕ ਕਹਿੰਦੇ ਇਹ ਅਮੀਰਾਂ ਦੀ ਪਾਰਟੀ ਹੈ ਤਕੜਿਆਂ ਦੀ ਪਾਰਟੀ ਹੈ ਕਿਸੇ ਸਫਾਈ ਕਰਮਚਾਰੀ ਨੂੰ ਦੇਸ਼ ਦੀ ਰਾਜ ਸਭਾ 'ਚ ਭੇਜਿਆ ਜਾਂਦਾ ਪਤਾ ਲੱਗਦਾ ਉਹਨੂੰ ਕਿ ਮੈਂ ਕੱਲ੍ਹ ਝਾੜੂ ਮਾਰ ਰਿਹਾ ਅਤੇ ਸੁਬਾਹ ਮੈਨੂੰ ਰਾਜ ਸਭਾ ਨਿਯੁਕਤ ਕਰ ਦਿੱਤਾ ਗਿਆ ਵੱਡੇ ਲੋਕਾਂ ਨੂੰ ਲਵਲੀ ਯੂਨੀਵਰਸਿਟੀ ਵਾਲੇ ਚੰਗੇ ਲੋਕ ਹੈ ਲੇਕਿਨ ਵਪਾਰੀ ਲੋਕ ਨੇ ਇਹ ਨਹੀਂ ਲੁਧਿਆਣੇ ਵਾਲਿਆਂ ਨੂੰ ਵਪਾਰੀ ਲੋਕ ਨੇ ਕੋਈ ਐਸਾ ਚੰਗਾ ਸੁਨੇਹਾ ਨਹੀਂ ਦੋ ਬਾਹਰਲੇ ਬਣਾ ਦਿੱਤੇ ਗਏ ਸੋ ਭਗਤ ਸਿੰਘ ਸ਼ਹੀਦ ਆਜਮ ਊਧਮ ਸਿੰਘ ਲਾਲਾ ਲਾਜਪਤ ਰਾਏ ਉਹਦੇ ਉਸ ਦਿਨ ਛੁੱਟੀ ਦਾ ਰੌਲਾ ਪਿਆ ਮੈਨੂੰ ਕਹਿੰਦੇ ਮੈਂ ਛੁੱਟੀ ਕਰਤੀ ਭਗਤ ਸਿੰਘ ਮੈਂ ਕਿਹਾ ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਛੁੱਟੀ ਨਾ ਕਰੋ ਅੱਜ ਦੇ ਦਿਨ ਦੋ ਘੰਟੇ ਮੁਲਾਜ਼ਮ ਵੱਧ ਕੰਮ ਕਰਨ ਛੁੱਟੀਆਂ ਕਰਨ ਨਾਲ ਤਾਂ ਕੰਮ ਚੱਲਣਾ ਨਹੀਂ ਨਾ ਫਿਰ ਤਾਂ ਛੁੱਟੀਆਂ ਦਾ ਦੇਸ਼ ਹੋ ਜਾਏਗਾ ਛੁੱਟੀਆਂ ਦਾ ਧੰਨਵਾਦ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਲਗਾਤਾਰ ਆਮ ਆਦਮੀ ਪਾਰਟੀ ਉੱਪਰ ਵਿਰੋਧੀ ਧਿਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਅਤੇ ਉਹ ਵਾਅਦੇ ਹੁਣ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਜਿਹਦੇ ਚੱਲਦੇ ਹੁਣ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਕੀ ਜਵਾਬ ਦਿੰਦੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ D5 ਚੈਨਲ ਪੰਜਾਬੀ ਹੋਵੇਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਚੱਲਦਾ ਰਿਹਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸਿਰਫ D5 ਚੈਨਲ ਪੰਜਾਬੀ ਤੇ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ